ਅਸਲਾਮ ਅਲੈਕੁਮ ਵੀਰ, ਕੀ ਹਾਲ ਹੈ? ਠੀਕ ਠਾਕ। ਮੇਰਾ ਨਾਮ ਹੈ ਮੁਹੰਮਦ ਸਰਫਰਾਜ਼, ਤੁਸੀਂ ਦੇਖਦੇ ਪਏ ਯੂਟਿਊਬ ਚੈਨਲ ਚਿੱਟਾ ਯਾਰ ਵਲੌਗ। ਅਤੇ ਅੱਜ ਅਲਹਮਦੁਲਿਲਾ ਹੁਣ ਬੋਰਡ ਹੀ ਲੱਗਦਾ ਪਏ, ਅਤੇ ਮੈਂ ਅੱਗੇ ਬੋਰਡ ਹੀ ਲਵਾਉਂ ਤੁਹਾਨੂੰ ਇਨਸ਼ਾ ਅੱਲਾਹ ਜ਼ਰੂਰ ਦਿਖੇ ਤੂੰ ਜੇਰ ਸਾਹਿਬ ਜਿਵੇਂ ਕੰਮ ਸੀਗਾ ਪਏ ਇਨਸ਼ਾ ਅੱਲਾਹ ਤੁਹਾਨੂੰ ਦਿਖੇ ਤੂੰ। ਅਤੇ ਬਾਕੀ ਅਤੇ ਸਮਾਨ ਹੀ ਆਇਆ ਪਿਆ ਡੈਕੋਰਿੰਗ ਦਾ, ਬਾਕੀ ਜਰਾ ਬਾਕੀ ਬੱਚਾ ਖੁੱਟਾ ਆਈ, ਅਤੇ ਇਨਸ਼ਾ ਅੱਲਾਹ ਦੋ ਚਾਰ ਤਰੇ ਚਾਰ ਦਿਨ ਜਾਣੀ ਕਿ ਤਿਆਰ ਤੇ ਵੇਸੀ। ਅਤੇ ਬਾਕੀ ਇਹਨੂੰ ਕੋਈ ਮਸ਼ੀਨ ਹੀ ਹੈ ਕਈ ਪਈ ਹੈ ਕਾਰੀਗਰ ਦੀ, ਇਹ ਬੋਰਡ ਦਾ ਸਮਾਨ ਆਇਆ ਪਿਆ ਬੋਰਡ ਤਿਆਰ ਤੇ ਵੇਸੀ। ਹੋਰ ਤਾਂ ਪਾਇਟ ਜੇ ਤੂੰ ਆ ਗਈ ਵੀ ਕਲੀਅਰ ਸੀ ਵੇਸੀ, ਬਾਕੀ ਰੇਂਜ ਦੇ ਕੱਪੜਾ ਲੱਗ ਸੀ ਅਤੇ ਸਾਰੇ ਸਾਥ ਖੜੇ ਥੇ। ਸੁਣਾਓ ਸਾਜੀ, ਚਾਹ ਕੱਲੇ ਕੱਲੇ? ਠੀਕ ਹੈ, ਕੱਲੇ ਕੱਲੇ ਪੀਣਾ ਖੜੇ? ਕੋਈ ਗੱਲ ਨਹੀਂ, ਕੱਲੇ ਕੱਲੇ ਸਹੀ ਹੁੰਦੇ। ਠੀਕ ਹੈ ਯਾਰ, ਇਹ ਤਾਂ ਗਲਤ ਗੱਲ ਵਾ। ਹਾਂ ਹਾਂਜੀ, ਪੁਰਾਣੇ ਰੂਫ ਨੇ ਕਿਸੇ ਦਾ ਲਾਗ ਰੱਖਣਾ ਹੈ, ਇਹ ਸਾਨੂੰ ਹੀ ਦੇ ਦਿਓ, ਇੱਥੇ ਰੱਖ ਦਿਓ। ਹਾਂ ਇਹ ਚਾਹੀਦਾ ਨੇ ਕਿਸੇ ਨੂੰ। ਅਤੇ ਕਿੰਨੀ ਦੇਰ ਬੋਰਡ ਤਿਆਰ ਹੋ ਜਾਣਾ? ਤਿੰਨ ਘੰਟੇ ਲੱਗਣਗੇ। ਅਯਾ ਚਲੋ ਠੀਕ ਹੈ, ਹੋਰ ਤਬੀਅਤ ਠੀਕ ਹੈ? ਅਲਹਮਦੁਲਿਲਾ ਇਹ ਬੋਰਡ ਅਤੇ ਸਾਰਾ ਕੁਝ ਜਿਹੜੇ ਦੇਖਾ ਪਏ ਸਾਰਾ ਲਾ ਸੀ, ਅਤੇ ਨਵੀਂ ਸੈਟਿੰਗ ਲੱਗੀ ਜਿਹੜੇ ਆਏ ਪਏ ਸਮਾਨ, ਅਤੇ ਸੈਟਿੰਗ ਲੱਗੀ ਨਵੀਂ, ਅਤੇ ਹੁਣ ਇੱਕ ਲਾ ਕੇ ਪਾ ਕੇ ਆਪਣੇ ਸੈਟਿੰਗ ਉਹ ਕਰੇ ਨੇ ਹੁਣ ਇਹ ਦੇ ਪਏ। ਅਤੇ ਆਪਣਾ ਸਪੋਰਟ ਬਣੇ ਦੇ ਪੈਂਦੇ ਉੱਤੇ ਚਾੜ ਕੇ ਨਾ, ਅਤੇ ਆਪਣਾ ਬੋਰਡ ਦੇ ਜਿਹੜੇ ਸੈਟਿੰਗ ਆਪ ਕਰੇ ਸੀ ਨੇ, ਅਤੇ ਬਕਾਇਦਾ ਗਾਲ ਇਵੇਂ ਏ ਸੀ ਵੀ ਲੱਗ ਗਏ, ਇੱਕ ਲੱਗੇ ਨਹੀਂ ਸਾਈਡ 'ਤੇ ਵੀ ਇਹ ਲੱਗੇ ਵੀ ਉਹ ਸਾਹਮਣੇ, ਇਹ ਸਾਹਮਣੇ ਲੱਗਾ ਖੜੇ, ਅਤੇ ਹਾਲੀ ਇੱਕ ਵੀ ਆ ਲੱਗਣੇ ਓਲਵੇਸ ਬਾਅਦ ਦਿੱਤੇ ਏ ਸੀ ਜਿਹੜੇ ਛੋਟੇ, ਅਤੇ ਇਨਸ਼ਾਅੱਲਾ ਮਜ਼ੀਦ ਇਨਸ਼ਾਅੱਲਾ ਇੱਕ ਏ ਸੀ ਵੀ ਲਵੇਸੂੰ, ਅਤੇ ਤਾਂ ਕਿ ਤੁਸੀਂ ਦੁਆ ਕਰਨੀ ਸਾਡੇ ਵਾਸਤੇ ਇਨਸ਼ਾਅੱਲਾ। ਅਤੇ ਇਹ ਜਿਹੜੇ ਏ ਆਏ ਆਏ ਪਏ ਨਾ, ਇਹਨਾਂ ਦੇ ਉੱਤੇ ਰੱਖੀ ਦੇ ਥਾਂ, ਜਿਹੜਾ ਥਾਂ ਹੁੰਦਾ ਨਾ ਉਹ ਤਾਂ ਉੱਥੇ ਟੰਗੀ ਸਨ, ਜਿਹੜੇ ਬਾਕੀ ਉਸ ਨੂੰ ਇਹਨਾਂ ਦੇ ਉੱਤੇ ਰੱਖੀ ਸਨ ਜਿਹੜੇ ਬਣ ਵੇ ਸੀ ਬਕਾਇਦਾ ਤੋਂ ਆਪਾਂ ਉਹਨਾਂ ਦੀ ਖੇਤ। ਅਤੇ ਇਹ ਸਾਹਮਣੇ ਵਾਲੀ ਦੀਵਾਰ ਹੈ, ਅਤੇ ਪਹਿਲੇ ਦੀਵਾਰ ਕਹਿਣ ਆਏ, ਅਤੇ ਇਹ ਵੀ ਏ ਸੀ, ਅਤੇ ਫਿਰ ਹੁਣ ਹਾਲੇ ਗਾਂਧ ਦੇ ਉੱਪਰ ਮੱਛਾ ਪਿਆ ਜਿਹੜੇ ਤਿਆਰ ਥੀ ਵੇ ਸੀ ਨਾ, ਮਾਸ਼ਾ ਅੱਲਾਹ ਇਨਸ਼ਾ ਅੱਲਾਹ ਵੀ ਆਈ ਪੀ ਬਿਹਤਰੀਨ ਬਣ ਗਏ ਸੀ ਇਨਸ਼ਾ ਅੱਲਾਹ। ਬਾਕੀ ਸੈਟਿੰਗ ਇਨਸ਼ਾ ਅੱਲਾਹ ਕਰੇ ਨਾ ਪਏ, ਅਤੇ ਜੇ ਸੈਟਿੰਗ ਥੀ ਵੇਂਦੀ ਉਹ ਪ੍ਰੋਬਲਮ ਕਹਿੰਦੇ। ਖੁਲਾਈ ਸੀ ਗਈ ਅਤੇ ਬਾਕੀ ਸਟੀਕਰ ਲੈਂਦਾ ਅਤੇ ਸਟੀਕਰਿੰਗ ਲੱਗੀ ਹੋਈ ਹੈ, ਅਤੇ ਸਟੀਕਰ ਨਾ ਦੇ ਪਏ ਯਾਨੀ ਕਿ ਇਹਨਾਂ ਦੇ ਸਟੀਕਰ ਲੱਥੇ ਪਏ, ਜਿਹੜੇ ਤਿਆਰ ਸੀ ਸੀ ਨਾ ਵਾਲ ਦੇਖ ਤੂੰ ਅਤੇ ਇਹਨਾਂ ਦਾ ਲਹਾਵਾ, ਕਿਉਂਕਿ ਰੰਗ ਕੀਤੇ ਨੇ ਨਾ ਸਟੀਕਰਾਂ ਦਾ ਲਹਾਵਾ ਤਾਂ ਪਾਉਂਦੇ। ਦੋਸਤ ਆਇਆ ਵਾ ਤਾਂ ਮੈਂ ਕਿਹਾ ਚਲੋ ਰੋਟੀ ਤੋਂ ਖਾ ਕੇ ਮੈਂ ਮੁੱਕ ਲੱਗੀ ਖੜੀ, ਅਤੇ ਸਾਹਮਣੇ ਦੁਕਾਨ ਖੜੀ ਅਤੇ ਹੋਟਲ ਵਿੱਚ ਆ ਰਹੇ ਨੇ ਆਪਾਂ ਰੋਟੀ ਖਾਣ ਦਾ ਨਾਸ਼ਤਾ ਕਰਨ ਲੱਗੀ ਹੋਈ, ਅਤੇ ਸਾਰਾ ਉਹਦੇ ਨਾਲ ਦਾ ਹੀ ਟਾਈਮ ਨਾਸ਼ਤਾ ਪਰ 12 ਵਜੇ ਦੀ ਰੋਟੀ ਹੁੰਦੀ ਹੈ। ਨਾ ਸਾਜੀ ਪੈਸੇ ਬਾਵੀ ਦੇ ਯਾਰ ਦੇਖੋ ਬਿਤਾਲੀ ਦੇ ਯਾਰ ਹਰ ਸ਼ਾਹ ਵਜੇ ਟੈਨਸ਼ਨ ਨਾ ਕਿਤੇ ਜੀਬ ਰਿਆ ਲੈ ਜੀਬ ਜੀਬ ਰਿਆ ਲੈ ਲਿਆ ਲੈਣ ਕਮਦੇਰ ਚਾਲ ਚਾਲ ਚਾਲ
محمد دید اس سبھی تیرے کو ماشاء اللہ پیزا بھی بڑا ہی کھڑے دے تو خیر ہاں ان شاء اللہ اوش بلبل اوش بلبل لا هذا سب سب بيزا هذا بس ما في معلومه ايش بلبل ايش بلبل يا سلام ما شاء الله تبارك الله كيف عسل سلسلة يلا سابي سابي جيب عسل ايوه هذا عسل هذا هاي ماكي بيت هاي ماكي سوي سوي زوم 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 كويس هذا ما شاء الله يا اخي بعد المشكلة هذا اكل بعد حار زيادة من هذا أصل هذا حار زيادة ها؟ يلا تعال وين؟ أنا أقول لك وين؟ أتلين بروستن حار وعادي حار حار ثاني خلاص كم هاي 42 هاي خلاص بقى اوكي اوكي في فاتوره شيء ها هذه افلوه الله يعطيك العافيه لا يوتيوب ايوه فين رات انا ايدي شويه انا ايدي فاتوره ايدي چلو اي اگے آ رہا ہوں یا اپ ہاں جی ماشاءاللہ دوست آگے بھی یہ مرنڈا ہم زیاد ہیں یہ پیپسی کمال تھی ٹیبل ہی دور لگ گئی کیا ہی بات ہے وہ ہاں یہ تو سب کھاؤ کوئی نہیں میں میرے کو بہو اچھا شاکر بھائی دائی سا چل تو کھا یہ چکھنا نہیں کھا میں ہاں ماشاء اللہ تبارک اللہ اللہ یہ گل بھی آتا ہے شیخ اللہ حبیب تاجی شروع کرو ماشاء اللہ جا رہی نہیں نا یہ بتا تو چیپس پر ہی کھا دینا کوئی بات نہیں چلو کھا دوں ناشتہ کی دکار باقی ماشاء اللہ کام چکے کرنا سامنے خالی لائٹنگ لگی کھڑی ہے تو باقی خالی پلاسٹک باقی ہے باقی گوے نے دے دیں کتنی دیر ہے باقی تو وہ بھی پوچھتے ہیں تو باقی یہ ہے کہ بورڈ تیار تھی گئے بس تھوڑا جہا مسئلہ یہ بن گیا کہ بورڈ کا جڑا نقطہ ہے نا وہ غائب ہے تو باقی بورڈ کلیئر ہے ان شاء اللہ سویرے باقی آ سن 6 بجے وہ کلیئر کرے سن باقی تو سائیں دیکھو کو لے کو سامنے اتے والا تے بھی اے والا پیچیا سامنے جڑا توپ دا ڈیزائن بنو ہے نا اے اے پی ایندے اوتے لگسی سامنے تے اے دیکھ کے نو کہ اے ترے نقطے نے اک نقطہ گئے نہیں انہوں نے آ کے سارے کول کے گم تے باقی ان شاء اللہ کل ہن ریڈی کرے سن کلیئر اے کو گماش نال مثال خیاطر دے جال دیا ماشاء اللہ ہوں دال انہوں نے آخا سا کو لگ سن 1.5 گھنٹہ تو ماشاء اللہ 4:30 بجے آئے تو ٹائم تھی کتنا 1 بجے پہ یعنی دیگر 4 بجے آئے تو 4:30 بجے آئے رات 1 بجے ماشاء اللہ تو ہوں ہلدے اصل پہ آئیں گے باقی حال ہی حال کا میں ریڈی دیتی ہے انشاءاللہ کل سویرے مکمل کرے تھے انشاءاللہ نقطہ جڑا ہے تو انہاں نال نقطہ یہ نقطہ ہے سوال کیوں ہے پرو صاحب کیوں او کہیں ہے دیو نقطہ بولے انہاں نال نقطہ ہے یہ ہم ختم سے 7 بجے سے تو میں تو کو لگا کے کرتا چلو جی جاتے ہیں چلو ٹھیک ہے انشاءاللہ صبح انشاءاللہ تیار تھی تیار تھی تو اپ کے کیس ہوں پاس چلو انشاءاللہ ہوں بہت ٹھیک ہے تیار سویرے آیا اپنا تیار کر کے چلے گیا ماشاء اللہ ہوں ڈیکور ہی پی ہے
ਤੇ ਬਾਕੀ ਤੁਹਾਡੇ ਕੋਲ ਸਭ ਕੁਝ ਜਾਣਨ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਕਿਉਂਕਿ ਨਵੇਂ ਤਰ੍ਹਾਂ ਦੇ ਵੀਡੀਓ ਆਵੇ ਤੁਹਾਡੇ ਕੋਲ ਜ਼ਰੂਰ ਪਹੁੰਚ ਸਕੇ।